ਨਮਸਕਾਰ ਦੋਸਤੋ, ਕੀ ਹਾਲ ਚਾਲ ਨੇ? ਸਵਾਗਤ ਕਰਦੇ ਤੁਹਾਡੇ ਆਪਣੇ ਚੈਨਲ 'ਤੇ, ਸਾਗਰ ਜੀ ਬਲੌਗਸ। ਮੇਰੀ ਯੂਟਿਊਬ ਫੈਮਿਲੀ 2000 ਨੂੰ ਕੋਟੀ ਕੋਟੀ ਪ੍ਰਣਾਮ, ਸਤਿ ਸ਼੍ਰੀ ਅਕਾਲ ਜੀ। ਜੇ ਚੈਨਲ 'ਤੇ ਨਵੇਂ ਆ, ਲਾਈਕ ਕਰਨ, ਕਮੈਂਟ ਕਰਨ, ਸਬਸਕ੍ਰਾਈਬ ਕਰਨ ਅਤੇ ਬੈਲ ਆਈਕਨ ਹੋਰ ਕਰਨ। 100 ਸਬਸਕ੍ਰਾਈਬਰ ਨੇ ਮੇਰੇ ਭਰਾ ਜੋਤ ਦੇ, ਜਿਹੜੇ ਭਾਈ ਨੇ ਐਡ ਲਾਈ ਆ, ਪੈਸਾ ਲਾਇਆ ਆ ਅਤੇ ਗਾਣਾ ਕੱਢਿਆ ਐਟੀਟਿਊਡ। ਭਾਈ ਦੇ ਗਾਣੇ 2 ਟੱਪੇ ਆ, ਅਤੇ ਸੁਣੋ ਤੁਸੀਂ ਕੀ ਕਹਿ ਰਹੇ ਨੇ। ਅਤੇ ਆਪਣੀ 2000 ਯੂਟਿਊਬ ਫੈਮਿਲੀ ਆ, ਭਾਈ ਦੇ ਸਿਰਫ 100 ਹੈਗੇ ਨੇ ਯੂਟਿਊਬ ਫੈਮਿਲੀ, ਠੀਕ ਹੈ ਜੀ। ਬਾਕੀ ਭਾਈ ਨੇ ਐਡ ਲਾਈ ਆ 2.25 ਲੱਖ ਰੁਪਇਆ, 2.25 ਲੱਖ ਰੁਪਇਆ ਭਾਈ ਨੇ ਗਾਣੇ ਦੇ ਲਾਤਾ ਘੱਟੋ ਘੱਟ। ਤਾਂ ਬੰਦੇ ਦਾ ਮੈਂ ਇੱਜ਼ਤ ਮਾਨ ਕਰਦਾ, ਇਸ ਕਰਕੇ ਆਪਣੇ ਕਿਸਾਨ ਭਾਈ ਨੇ ਅਤੇ ਇਹਨਾਂ ਦੇ ਜੱਟ ਭਾਈ ਨੇ ਇਹਨਾਂ ਦਾ ਗਾਣੇ ਦਾ ਰਿਵਿਊ ਪਾਉਣਾ, ਰਿਐਕਸ਼ਨ ਦੇਣਾ ਅਤੇ ਇਹਨਾਂ ਨੂੰ ਅੱਗੇ ਤੋਂ ਅੱਗੇ ਵਧਾਉਣਾ, ਆਪਣਾ ਫਰਜ਼ ਆ। ਅਤੇ ਪਹਿਲਾਂ ਤਾਂ ਆਪਾਂ ਸੁਣੋ ਤੁਸੀਂ ਕੀ ਕਿਹਾ ਜਾ ਰਿਹਾ। ਦੋਸਤੋ, ਪਹਿਲੇ ਟੱਪੇ ਵਿੱਚ ਗੱਲ ਇੱਕੋ ਕਹੀ ਗਈ ਆ, ਵਾਰ ਵਾਰ ਕਹਿੰਦੇ ਗਏ ਆ ਮੈਂ ਹੁਸਨਾਂ ਦਾ ਰੱਖਦਾ ਐਂਟੀਡੋਸ ਹਾਂ, ਯਾਨੀ ਕਿ ਕੁੜੀਆਂ ਦਾ ਮੈਨੂੰ ਪਤਾ ਕਿ ਸਾਲੀਆਂ ਨੇ ਕੀ ਮੰਗਣਾ, ਪੈਸੇ ਮੰਗਣਾ, ਕੀ ਮੰਗਣਾ, ਮੈਂ ਦੇ ਦਿੰਦਾ ਹੁੰਦਾ, ਕੋਈ ਚੱਕਰ ਨਹੀਂ ਹੈਗਾ। ਮੈਂ ਬਹੁਤਾ ਕੇਅਰ ਨਹੀਂ ਕਰਦਾ ਕੁੜੀਆਂ ਦੀ, ਮੈਂ ਰੱਖਦਾ ਆਪਣੇ ਆਪ ਨੂੰ ਸਭ ਤੋਂ ਉੱਪਰਲੇ ਲੈਵਲ 'ਤੇ। ਕਹਿੰਦੇ ਮੈਂ ਹੁਸਨਾਂ ਰੱਖਦਾ ਐਟੀਟਿਊਡ ਹਾਂ, ਹੁਣ ਹੈ ਨਹੀਂ ਗਈ, ਹੁਣ ਕਹਿੰਦੇ ਕਿ ਹੈ ਨਹੀਂ ਰਾਣੀ ਤੇਰੇ ਕੋਲ ਕੋਈ ਨੌਲੇਜ, ਕੁੜੀ ਨੂੰ ਭਾਈ ਜਿਹੜੇ ਨਾਲ ਦੇ ਲੋਕ ਬੈਠੇ ਹੋਣ, ਕਹਿੰਦੇ ਤੈਨੂੰ ਹੈ ਨਹੀਂ ਕੋਈ ਨੌਲੇਜ। ਫਿਰ ਤੋਂ ਬਾਅਦ ਭਾਈ ਕਹਿੰਦੇ ਨੇ, ਕਹਿੰਦੇ ਕਿ ਭਲਾ ਯਾਰੀ ਮੇਰੀ ਜਿਹੜੀ ਵੀ ਹੈਗੀ ਆ ਪੁੱਗਦੀ ਉਹਨਾਂ ਬੰਦਿਆਂ ਨਾਲ ਹੈ, ਜੇ ਚੁੱਪ ਕਰਕੇ ਮੇਰੇ ਨਾਲ ਰਹਿੰਦੇ ਨੇ, ਜਿਹੜੇ ਜ਼ਿਆਦਾ ਬੋਲਦੇ ਨੇ ਮੈਂ ਉਹਨਾਂ ਨੂੰ ਨਹੀਂ ਬੁਲਾਉਂਦਾ ਹੈਗਾ, ਉਹਨਾਂ ਮੈਂ ਨਾਲ ਹੀ ਛੱਡ ਦਿੰਦਾ, ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਭਾਈ ਕਹਿੰਦੇ ਨੇ ਕਿ ਥੱਲੇ ਅੱਖ ਦੇ ਥੱਲੇ ਥੋੜ੍ਹੀ ਜਿਹੀ ਜਿੱਦਾਂ ਕਿ ਅੱਖ ਥੱਲੇ ਬੋਲਾਂ ਬੁਲਾਂ ਵਿੱਚ ਥੋੜ੍ਹੀ ਡੋਜ਼ ਫੀਮ ਦੀ ਮੈਂ ਵਧਾ ਦਿੱਤੀ ਆ। ਉਸ ਤੋਂ ਬਾਅਦ ਕਹਿੰਦੇ ਨੇ ਕਿ ਅਸਲਿਆ ਜਿਹੜਾ ਮੇਰੇ ਕੋਲ ਪਿਆ ਆ ਅਤੇ ਉਹਦੀ ਮੈਂ ਅਪਗ੍ਰੇਡ ਮੰਗਦਾ ਪਿਆ ਹਾਂ, ਇਹ ਅਸਲਾ ਯਾਨੀ ਕਿ ਬਕਸ ਕਰਕੇ ਜਗ੍ਹਾ ਥੋੜ੍ਹੇ ਪੈਸੇ ਪਾ ਕੇ ਨਵਾਂ ਅਸਲਾ, ਜਾਂ ਇਸ ਨਵੇਂ ਸੰਦ ਆਇਆ ਕਿ ਉੱਤੇ ਜ਼ਿਆਦਾ ਆਪਸ਼ਨ ਹੋਣ ਚੀਜ਼ ਚਲਾਉਣ ਦੀਆਂ, ਅਤੇ ਉਹ ਵਾਲੀ ਆਪਸ਼ਨ ਮੈਨੂੰ ਚਾਹੀਦੀ ਆ। ਭਾਈ ਨੇ ਚੀਜ਼ ਕਹੀ ਗਈ ਹੋਈ ਆ, ਨਾਲ ਦੂਜਾ ਟੱਪਾ ਸੁਣੋ ਤਾਂ ਕੀ ਕਿਹਾ ਜਾ ਰਿਹਾ, ਫਿਰ ਕਿਉਂਕਿ ਸਾਗਰ ਬੋਰ ਕਰਦਾ। ਦੋਸਤੋ, ਦੂਜੇ ਟੱਪੇ ਵਿੱਚ ਕੀ ਕਿਹਾ ਜਾ ਰਿਹਾ ਆ, ਦੂਜੇ ਟੱਪੇ ਵਿੱਚ ਕਿਹਾ ਜਾ ਰਿਹਾ ਆ ਕਿ ਵੈਪਨ ਦੀ ਜਿਹੜੀ ਹੈਗੀ ਆ, ਵੈਪਨ ਯਾਨੀ ਕਿ ਹਥਿਆਰ ਦੀ ਜਿਹੜੀ ਹੈਗੀ ਆ, ਸੇਕਾ ਤੁਹਾਨੂੰ ਦੱਸੂਗਾ ਕਿ ਕਿਤੇ ਗੋਲੀ ਮਾਰੀ ਬਹੁਤ ਜ਼ਿਆਦਾ ਭਾਰੀ ਹੋਈ ਹੈਗੀ ਆ, ਠੀਕ ਹੈ ਜੀ। ਕੀ ਕਹਿੰਦੇ ਨੇ, ਕਹਿੰਦੇ ਕਿੰਨਾ ਮੈਂ ਸੌਂ ਹਾਂ ਅਤੇ ਕਿੰਨਾ ਮੈਂ ਬੈਲੀ ਹਾਂ, ਇਹ ਮੇਰੇ ਕੋਠੇ ਦਾਰੂ ਦੀਆਂ ਬੋਤਲਾਂ ਦਾ ਢੇਰ ਲੱਗਿਆ, ਤੁਹਾਨੂੰ ਦੱਸਦਾ ਪਿਆ, ਕੁੜੀ ਇਹ ਜਾ ਕੇ ਦੇਖ ਲਾ। ਉਹ ਤੋਂ ਬਾਅਦ ਭਾਈ ਕਹਿੰਦੇ ਨੇ ਜਿਹੜੀ ਸੱਟ 'ਤੇ ਮਲਮ ਅਤੇ ਦਵਾਈ ਦੱਸ ਉਹਨਾਂ ਨੂੰ ਹੋਵੇ, ਇਹ ਕਰੋਸਿੰਗ ਦੱਸ ਨਹੀਂ ਹੁੰਦਾ ਪਿਆ ਜਿੱਦਾਂ ਕਿ ਭਾਈ ਕਹਿੰਦੇ ਨੇ ਮੰਨ ਲਾ ਕਿ ਉਹ ਸੱਟ ਮੈਂ ਹੀ ਮਾਰੀ ਹੈ, ਜੇ ਤਾਂ ਦਵਾਈ ਦੱਸ ਨਾ ਹੁੰਦਾ ਹੋਵੇ, ਤਾਂ ਇਹ ਚੀਜ਼ ਕਹੀ ਗਈ ਆ। ਬਾਕੀ ਕੋਈ ਚੱਕਰ ਨਹੀਂ, ਭਾਈ ਦਾ ਪਹਿਲਾ ਗਾਣਾ ਆ, 100 ਸਬਸਕ੍ਰਾਈਬਰ ਅਤੇ ਬੰਦੇ ਨੇ ਪਹਿਲਾ ਗਾਣਾ ਕੱਢਿਆ ਆ, ਤਾਂ ਆਪਾਂ ਰਿਐਕਸ਼ਨ ਦੇਣਾ ਹੁੰਦਾ, ਆਪਾਂ ਤਾਂ ਹਰੇਕ ਚੰਗੇ ਮਾੜੇ ਚੀਜ਼ ਦਾ ਤੁਹਾਨੂੰ ਦੱਸਣਾ ਹੁੰਦਾ। ਤਾਂ ਚੈਨਲ 'ਤੇ ਜੇ ਨਵੇਂ ਆ, ਲਾਈਕ ਕਰਨ, ਕਮੈਂਟ ਕਰਨ, ਸਬਸਕ੍ਰਾਈਬ ਕਰਨ ਅਤੇ ਬੈਲ ਆਈਕਨ ਔਨ ਕਰਨ। ਮਿਲਦੇ ਅਗਲੀ ਵੀਡੀਓ ਜੀ।